ਕਤਲ ਕਰਕੇ ਘਰ 'ਚ ਹੀ ਸੁੱਟੀ ਨੌਜਵਾਨ ਦੀ ਲਾਸ਼। ਸਵੇਰੇ ਜਦ ਪਤਨੀ ਉੱਠੀ ਤਾਂ ਖੂਨ ਨਾਲ ਲੱਤਪੱਤ ਮਿਲਿਆ ਪਤੀ। ਤਾਂ ਦੱਸਦੇ ਕਿ ਇੱਕ ਸ਼ਖਸ ਦੀ ਲਾਸ਼ ਉਸਦੇ ਘਰ ਦੇ ਵਿੱਚ ਕਤਲ ਕਰਕੇ ਸੁੱਟ ਦਿੱਤੀ ਗਈ। ਅਤੇ ਜਦ ਉਸਦੀ ਪਤਨੀ ਸਵੇਰੇ ਉੱਠ ਕੇ ਕਮਰੇ ਤੋਂ ਬਾਹਰ ਆਉਂਦੀ ਹੈ ਤਾਂ ਹੈਰਾਨ ਹੋ ਜਾਂਦੀ ਹੈ, ਕਿਉਂਕਿ ਖੂਨ ਨਾਲ ਲੱਤਪੱਤ ਉਸਦੇ ਪਤੀ ਦੀ ਲਾਸ਼ ਮੌਕੇ 'ਤੇ ਪਈ ਹੁੰਦੀ ਹੈ। ਅਤੇ ਜਦ ਸਾਰਾ ਪਰਿਵਾਰ ਇਕੱਠਾ ਹੋ ਜਾਂਦਾ ਹੈ ਤਾਂ ਉਹ ਵੇਖਦੇ ਨੇ ਕਿ ਉਸਦੇ ਮੂੰਹ 'ਤੇ ਡੂੰਘੀਆਂ ਸੱਟਾਂ ਵੱਜੀਆਂ ਹੁੰਦੀਆਂ ਨੇ ਅਤੇ ਘਰ ਦੇ ਵਿੱਚ ਵੀ ਖੂਨ ਦੇ ਧੱਬੇ ਮੌਜੂਦ ਹੁੰਦੇ ਨੇ, ਜਿਸ ਨੂੰ ਲੈ ਕੇ ਪਰਿਵਾਰ ਨੇ ਕਤਲ ਦੇ ਇਲਜ਼ਾਮ ਲਗਾਏ ਨੇ। ਤਾਂ ਇਸ ਸੰਬੰਧੀ ਸੂਚਨਾ ਫਿਰ ਪੁਲਿਸ ਨੂੰ ਦਿੱਤੀ ਜਾਂਦੀ ਹੈ ਅਤੇ ਪੁਲਿਸ ਵੀ ਮੌਕੇ 'ਤੇ ਪਹੁੰਚ ਜਾਂਦੀ ਹੈ। ਤਾਂ ਦੱਸਦੇ ਕਿ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ, ਜਿੱਥੇ 45 ਸਾਲਾ ਵਿਅਕਤੀ ਦਾ ਕਤਲ ਕਰਕੇ ਉਸਦੇ ਘਰ ਦੇ ਵਿੱਚ ਲਾਸ਼ ਸੁੱਟ ਦਿੱਤੀ ਗਈ, ਜਿਸ ਤੋਂ ਬਾਅਦ ਮੌਕੇ 'ਤੇ ਹੜਕੰਪ ਮੱਚ ਜਾਂਦਾ ਹੈ ਅਤੇ ਪਿੰਡ ਦੇ ਕਈ ਲੋਕ ਵੀ ਇਕੱਠੇ ਹੋ ਜਾਂਦੇ ਨੇ। ਅਤੇ ਇਸ ਸੰਬੰਧੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਗਈ ਤਾਂ ਪਰਿਵਾਰ ਨੇ ਕਤਲ ਦੇ ਇਲਜ਼ਾਮ ਲਗਾਏ ਨੇ। ਤਾਂ ਇਸ ਸੰਬੰਧੀ ਪੁਲਿਸ ਨੇ ਵੀ ਕਿਹਾ ਕਿ ਹਾਲਾਤ ਵੇਖ ਕੇ ਲੱਗ ਰਿਹਾ ਕਿ ਇਸਦਾ ਕਤਲ ਹੋਇਆ। ਤਾਂ ਉਹਨਾਂ ਨੇ ਕਿਹਾ ਕਿ ਇਸ ਸੰਬੰਧੀ ਜਾਂਚ ਕੀਤੀ ਜਾਵੇਗੀ ਤਾਂ ਪਰਚਾ ਵੀ ਉਹਨਾਂ ਦੇ ਵੱਲੋਂ ਦਰਜ ਕਰ ਲਿਆ ਗਿਆ। ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ, ਕਿਉਂਕਿ ਇਹ ਸ਼ਖਸ ਮਜ਼ਦੂਰੀ ਕਰਕੇ ਘਰ ਦਾ ਗੁਜ਼ਾਰਾ ਚਲਾਉਂਦਾ ਸੀ ਤਾਂ ਕਤਲ ਕਰਕੇ ਇਸਦੀ ਲਾਸ਼ ਨੂੰ ਇਸਦੇ ਘਰ ਦੇ ਵਿੱਚ ਹੀ ਸੁੱਟ ਦਿੱਤਾ ਗਿਆ, ਜਿਸ ਨੂੰ ਲੈ ਕੇ ਪੁਲਿਸ ਹੁਣ ਜਾਂਚ ਕਰ ਰਹੀ ਹੈ। ਮੇਰਾ ਪਿੰਡ ਹਰਦੋਸਾਲਾ ਜੀ, ਮੇਰੇ ਸਹੁਰੇ ਦਾ ਪਿੰਡ ਆ ਜੀ, ਇਹ ਮੇਰਾ ਸਾਲਾ। ਸਾਨੂੰ ਸਵੇਰੇ 6 ਵਜੇ ਸਾਨੂੰ ਫੋਨ ਆਇਆ ਅਤੇ ਵੀ ਇੱਦਾਂ ਕਰਕੇ ਬੂਟੀ ਦੀ ਰਾਮ ਦੀ ਡੈਥ ਹੋ ਗਈ ਆ। ਅਸੀਂ ਨਾਲ ਗੱਡੀ 'ਚ ਆ ਕੇ ਸਵੇਰੇ ਅਸੀਂ ਜਦੋਂ ਆ ਕੇ ਦੇਖਿਆ ਅਸੀਂ ਫੋਟੋ ਖਿੱਚੀ, ਖਿੱਚਣ ਤੋਂ ਬਾਅਦ ਪਤਾ ਲੱਗਾ ਵੀ ਇਹ ਸੱਟ ਜਿਹੜੀ ਆ ਉਹ ਮਾਰਿਆ ਗਿਆ, ਕਤਲ ਕੀਤਾ ਗਿਆ, ਵੀ ਇਹ ਉੱਦਾਂ ਨਹੀਂ ਹੋਇਆ, ਮਰਿਆ ਨਹੀਂ ਆ, ਇਹਨੇ ਮਾਰਿਆ। ਹੋਰ ਤੁਹਾਨੂੰ ਕੀ ਇਹਦੇ ਬਾਰੇ ਜਾਣਕਾਰੀ ਹੈਗੀ? ਬੱਚਿਆਂ ਨੇ ਕੀ ਦੱਸਿਆ ਜਾਂ? ਬੱਚਿਆਂ ਨੇ ਸਾਨੂੰ ਕੁਛ ਨਹੀਂ ਦੱਸਿਆ ਜੀ। ਬੱਚੇ ਉਹ ਸੁੱਤੇ, ਕਹਿੰਦੇ ਅਸੀਂ ਸੁੱਤੇ, ਸਾਨੂੰ ਬੱਚਿਆਂ ਦਾ ਪਤਾ ਨਹੀਂ, ਕਿਉਂ ਅਸੀਂ ਦੂਸਰੇ ਪਿੰਡ ਤੋਂ, ਸਾਡਾ ਪਿੰਡ ਥੱਲੇ ਆ, ਉੱਥੋਂ ਆ ਕੇ ਦੇਖਿਆ, ਅਸੀਂ ਦੇਖ ਕੇ ਆ ਕੇ ਮੈਂ ਫੋਟੋ ਖਿੱਚੀ ਹੈ, ਖਿੱਚ ਕੇ ਅਤੇ ਫਿਰ ਮੈਂ ਜਾ ਕੇ ਦੱਸਿਆ ਵੀ ਆਹ ਕੰਮ ਹੋਇਆ। ਦੇਖੋ ਹੁਣੇ ਉਹਨੇ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਕੋਲੀਆ ਪਿੰਡ ਦੇ ਵਿੱਚ ਇੱਕ ਬੁੱਤੀ ਰਾਮ ਦਾ ਨਾਮ ਆਉਂਦਾ ਆ, ਉਹ ਤਾਂ ਮਰਡਰ ਹੋ ਗਿਆ। ਅਸੀਂ ਮੌਕੇ 'ਤੇ ਆ ਗਏ, ਮੌਕੇ 'ਤੇ ਆ ਕੇ ਸਾਰਾ ਤਫਸੀਲ ਕੀਤਾ ਆ। ਮਾਮਲਾ ਜਿਹੜਾ ਬਿਲਕੁਲ ਉਹ ਲੱਗ ਰਿਹਾ ਵੀ ਬੰਦੇ ਦਾ ਮਰਡਰ ਕੀਤਾ ਗਿਆ, ਬਾਕੀ ਹੁਣ ਐਫ ਆਈ ਆਰ ਦਰਜ ਕਰਕੇ ਅਸੀਂ ਇਨਵੈਸਟੀਗੇਸ਼ਨ ਕਰ, ਜੋ ਵੀ ਦੋਸ਼ੀ ਹੈ ਕਿਸੇ ਵੀ ਕੀਮਤ ਨੂੰ ਬਖਸ਼ਿਆ ਨਹੀਂ ਜਾਵੇਗਾ। ਸਰ ਪਤਾ ਲੱਗਾ ਪਿੰਡ ਵਾਸੀਆਂ ਨੂੰ ਉਹਨਾਂ ਦੇ ਘਰ ਵੀ ਕੋਈ ਆ ਕੇ ਰਾਤ ਠਹਿਰਿਆ ਸੀਗਾ? ਮੈਂ ਤੁਹਾਨੂੰ ਦੱਸਿਆ ਨਾ, ਇਹ ਇਟ ਇਜ਼ ਮੈਟਰ ਆਫ ਇਨਵੈਸਟੀਗੇਸ਼ਨ, ਹੁਣ ਅਸੀਂ ਇਨਵੈਸਟੀਗੇਟ ਕਰਾਂਗੇ ਜੋ ਵੀ ਇਹਦੇ 'ਚ ਮੁਲਜ਼ਮ ਹੋਏਗਾ। ਕਤਲ ਕਰਕੇ ਘਰ 'ਚ ਹੀ ਸੁੱਟੀ ਨੌਜਵਾਨ ਦੀ ਲਾਸ਼। ਸਵੇਰੇ ਜਦ ਪਤਨੀ ਉੱਠੀ ਤਾਂ ਖੂਨ ਨਾਲ ਲੱਤਪੱਤ ਮਿਲਿਆ ਪਤੀ। ਤਾਂ ਦੱਸਦੇ ਕਿ ਇੱਕ ਸ਼ਖਸ ਦੀ ਲਾਸ਼ ਉਸਦੇ ਘਰ ਦੇ ਵਿੱਚ ਕਤਲ ਕਰਕੇ ਸੁੱਟ ਦਿੱਤੀ ਗਈ। ਅਤੇ ਜਦ ਉਸਦੀ ਪਤਨੀ ਸਵੇਰੇ ਉੱਠ ਕੇ ਕਮਰੇ ਤੋਂ ਬਾਹਰ ਆਉਂਦੀ ਹੈ ਤਾਂ ਹੈਰਾਨ ਹੋ ਜਾਂਦੀ ਹੈ, ਕਿਉਂਕਿ ਖੂਨ ਨਾਲ ਲੱਤਪੱਤ ਉਸਦੇ ਪਤੀ ਦੀ ਲਾਸ਼ ਮੌਕੇ 'ਤੇ ਪਈ ਹੁੰਦੀ ਹੈ। ਅਤੇ ਜਦ ਸਾਰਾ ਪਰਿਵਾਰ ਇਕੱਠਾ ਹੋ ਜਾਂਦਾ ਹੈ ਤਾਂ ਉਹ ਵੇਖਦੇ ਨੇ ਕਿ ਉਸਦੇ ਮੂੰਹ 'ਤੇ ਡੂੰਘੀਆਂ ਸੱਟਾਂ ਵੱਜੀਆਂ ਹੁੰਦੀਆਂ ਨੇ ਅਤੇ ਘਰ ਦੇ ਵਿੱਚ ਵੀ ਖੂਨ ਦੇ ਧੱਬੇ ਮੌਜੂਦ ਹੁੰਦੇ ਨੇ, ਜਿਸ ਨੂੰ ਲੈ ਕੇ ਪਰਿਵਾਰ ਨੇ ਕਤਲ ਦੇ ਇਲਜ਼ਾਮ ਲਗਾਏ ਨੇ। ਤਾਂ ਇਸ ਸੰਬੰਧੀ ਸੂਚਨਾ ਫਿਰ ਪੁਲਿਸ ਨੂੰ ਦਿੱਤੀ ਜਾਂਦੀ ਹੈ ਅਤੇ ਪੁਲਿਸ ਵੀ ਮੌਕੇ 'ਤੇ ਪਹੁੰਚ ਜਾਂਦੀ ਹੈ। ਤਾਂ ਦੱਸਦੇ ਕਿ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ, ਜਿੱਥੇ 45 ਸਾਲਾ ਵਿਅਕਤੀ ਦਾ ਕਤਲ ਕਰਕੇ ਉਸਦੇ ਘਰ ਦੇ ਵਿੱਚ ਲਾਸ਼ ਸੁੱਟ ਦਿੱਤੀ ਗਈ, ਜਿਸ ਤੋਂ ਬਾਅਦ ਮੌਕੇ 'ਤੇ ਹੜਕੰਪ ਮੱਚ ਜਾਂਦਾ ਹੈ ਅਤੇ ਪਿੰਡ ਦੇ ਕਈ ਲੋਕ ਵੀ ਇਕੱਠੇ ਹੋ ਜਾਂਦੇ ਨੇ। ਅਤੇ ਇਸ ਸੰਬੰਧੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਗਈ ਤਾਂ ਪਰਿਵਾਰ ਨੇ ਕਤਲ ਦੇ ਇਲਜ਼ਾਮ ਲਗਾਏ ਨੇ। ਤਾਂ ਇਸ ਸੰਬੰਧੀ ਪੁਲਿਸ ਨੇ ਵੀ ਕਿਹਾ ਕਿ ਹਾਲਾਤ ਵੇਖ ਕੇ ਲੱਗ ਰਿਹਾ ਕਿ ਇਸਦਾ ਕਤਲ ਹੋਇਆ। ਤਾਂ ਉਹਨਾਂ ਨੇ ਕਿਹਾ ਕਿ ਇਸ ਸੰਬੰਧੀ ਜਾਂਚ ਕੀਤੀ ਜਾਵੇਗੀ ਤਾਂ ਪਰਚਾ ਵੀ ਉਹਨਾਂ ਦੇ ਵੱਲੋਂ ਦਰਜ ਕਰ ਲਿਆ ਗਿਆ। ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ, ਕਿਉਂਕਿ ਇਹ ਸ਼ਖਸ ਮਜ਼ਦੂਰੀ ਕਰਕੇ ਘਰ ਦਾ ਗੁਜ਼ਾਰਾ ਚਲਾਉਂਦਾ ਸੀ ਤਾਂ ਕਤਲ ਕਰਕੇ ਇਸਦੀ ਲਾਸ਼ ਨੂੰ ਇਸਦੇ ਘਰ ਦੇ ਵਿੱਚ ਹੀ ਸੁੱਟ ਦਿੱਤਾ ਗਿਆ, ਜਿਸ ਨੂੰ ਲੈ ਕੇ ਪੁਲਿਸ ਹੁਣ ਜਾਂਚ ਕਰ ਰਹੀ ਹੈ। ਮੇਰਾ ਪਿੰਡ ਹਰਦੋਸਾਲਾ ਜੀ, ਮੇਰੇ ਸਹੁਰੇ ਦਾ ਪਿੰਡ ਆ ਜੀ, ਇਹ ਮੇਰਾ ਸਾਲਾ। ਸਾਨੂੰ ਸਵੇਰੇ 6 ਵਜੇ ਸਾਨੂੰ ਫੋਨ ਆਇਆ ਅਤੇ ਵੀ ਇੱਦਾਂ ਕਰਕੇ ਬੂਟੀ ਦੀ ਰਾਮ ਦੀ ਡੈਥ ਹੋ ਗਈ ਆ। ਅਸੀਂ ਨਾਲ ਗੱਡੀ 'ਚ ਆ ਕੇ ਸਵੇਰੇ ਅਸੀਂ ਜਦੋਂ ਆ ਕੇ ਦੇਖਿਆ ਅਸੀਂ ਫੋਟੋ ਖਿੱਚੀ, ਖਿੱਚਣ ਤੋਂ ਬਾਅਦ ਪਤਾ ਲੱਗਾ ਵੀ ਇਹ ਸੱਟ ਜਿਹੜੀ ਆ ਉਹ ਮਾਰਿਆ ਗਿਆ, ਕਤਲ ਕੀਤਾ ਗਿਆ, ਵੀ ਇਹ ਉੱਦਾਂ ਨਹੀਂ ਹੋਇਆ, ਮਰਿਆ ਨਹੀਂ ਆ,
ਕਿਹਨੇ ਮਾਰਿਆ? ਹੋਰ ਤੁਹਾਨੂੰ ਕੀ ਇਹਦੇ ਬਾਰੇ ਜਾਣਕਾਰੀ ਹੈਗੀ? ਬੱਚਿਆਂ ਨੇ ਕੀ ਦੱਸਿਆ ਜਾਂ? ਬੱਚਿਆਂ ਨੇ ਸਾਨੂੰ ਕੁਛ ਦੱਸਿਆ ਜੀ, ਬੱਚੇ ਉਹ ਸੁੱਤੇ, ਕਹਿੰਦੇ ਅਸੀਂ ਸੁੱਤੇ, ਸਾਨੂੰ ਬੱਚਿਆਂ ਦਾ ਪਤਾ ਕੋਈ, ਕਿਉਂ ਅਸੀਂ ਦੂਸਰੇ ਪਿੰਡ ਤੋਂ, ਸਾਡਾ ਪਿੰਡ ਥੱਲੇ ਆ, ਉੱਥੋਂ ਆ ਕੇ ਦੇਖਿਆ ਸੀ, ਦੇਖ ਕੇ ਆ ਕੇ ਮੈਂ ਫੋਟੋ ਖਿੱਚੀ ਹੈ, ਖਿੱਚ ਕੇ ਅਤੇ ਫਿਰ ਮੈਂ ਜਾ ਕੇ ਦੱਸਿਆ ਵੀ ਆਹ ਕੰਮ ਹੋਇਆ। ਦੇਖੋ ਹੁਣੇ ਉਹਨੇ ਇਨਫੋਰਮੇਸ਼ਨ ਮਿਲੀ ਸੀ, ਇੱਥੇ ਕੋਲੀਆਂ ਪਿੰਡ ਦੇ ਵਿੱਚ ਇੱਕ ਬੁੱਤੀ ਰਾਮ ਦਾ ਨਾਮ ਆਉਂਦਾ ਹੈ, ਉਹਦਾ ਮਰਡਰ ਹੋ ਗਿਆ। ਅਸੀਂ ਮੌਕੇ 'ਤੇ ਆ ਗਏ, ਮੌਕੇ 'ਤੇ ਆ ਕੇ ਸਾਰਾ ਤਫਸੀਲ ਕੀਤਾ ਆ, ਮਾਮਲਾ ਜਿਹੜਾ ਬਿਲਕੁਲ ਉਹ ਲੱਗ ਰਿਹਾ ਵੀ ਬੰਦੇ ਦਾ ਮਰਡਰ ਕੀਤਾ ਗਿਆ। ਬਾਕੀ ਹੁਣ FIR ਦਰਜ ਕਰਕੇ ਅਸੀਂ ਇਨਵੈਸਟੀਗੇਸ਼ਨ ਕਰ, ਜੋ ਵੀ ਦੋਸ਼ੀ ਹੈ ਕਿਸੇ ਵੀ ਕੀਮਤ ਤੁਹਾਨੂੰ ਬਖਸ਼ਿਆ ਨਹੀਂ ਜਾਵੇਗਾ। ਸਰ ਪਤਾ ਲੱਗਾ ਪਿੰਡ ਵਾਸੀਆਂ ਨੂੰ, ਉਹਨਾਂ ਦੇ ਘਰ ਵੀ ਕੋਈ ਆ ਕੇ ਰਾਤ ਠਹਿਰਿਆ ਸੀਗਾ? ਮੈਂ ਤੁਹਾਨੂੰ ਦੱਸਿਆ ਨਾ, ਇਹ ਇਟ ਇਜ਼ ਮੈਟਰ ਆਫ ਇਨਵੈਸਟੀਗੇਸ਼ਨ, ਹੁਣ ਅਸੀਂ ਇਨਵੈਸਟੀਗੇਟ ਕਰਾਂਗੇ, ਜੋ ਵੀ ਇਹਦੇ 'ਚ ਮੁਲਜ਼ਮ ਹੋਏਗਾ